पिछले दिन बठिंडा देहाती दे एमएलए अमित रतन कोट फतह ते ये इल्जाम लगे थे कि उन्होंने पिंड की किसी ग्रांट के एवज दे विच मोटी रिश्वत की मांग की है। ये इल्जाम लाए थे बठिंडा देहाती चे पेंदे पिंड कुद्दा दे सरपंच दे घर वाले ने। चलो ट्रैप लगाया गया विजिलेंस नाल मिलके, पैसे भी बरामद कराए गए 4 लाख रुपया, पर वो पैसे अमित रतन कोट फतह यानी कि एमएलए साहब तो बरामद ना होके उत्थे मौजूद एक होर शख्स रशिम गर्ग दे कोलों बरामद होए सीगे। विजिलेंस ने उसनूं काबू कर लिया ते कोर्ट च पेश करके 2 दिन का रिमांड हासिल कर लिया सी। अज 2 दिन का रिमांड खत्म होने तो बाद दोबारा रिशम गर्ग की पेशी सी कोर्ट दे विच, जिथे मौजूद जिहड़े रिशम गर्ग दे वकील गुरजीत सिंह खड़ियाल भी मौजूद सी। उन्होंने की कहा ਤੁਸੀਂ ਵੀ ਸੁਣੋ। 2 ਦਿਨ ਦਾ ਰਿਮਾਂਡ ਹੋ ਰਿਹਾ 23 ਤੱਕ। ਕੋਈ ਬਰਾਮਦਗੀ ਹੋਈ ਜੀ ਰਿਮਾਂਡ ਦੌਰਾਨ? ਬਰਾਮਦਗੀ ਕੋਈ ਨਹੀਂ ਹੋਈ ਹੈਗੀ, ਇਹਨਾਂ ਨੇ ਬਰਾਮਦਗੀ ਕਰਾਉਣੀ ਹੈ। ਇਹਨਾਂ ਨੇ ਕੋਈ ਦਫਾ 27 ਦਾ ਬਿਆਨ ਲਿਖ ਕੇ ਲਏ ਸੀ ਇਹ ਫੈਬਰੀਕੇਟ ਕਰਕੇ। ਅੱਛਾ ਜੀ। ਉਹਦੇ ਬਣਾ ਤੇ ਇਹਨਾਂ ਨੂੰ 2 ਦਿਨ ਦਾ ਰਿਮਾਂਡ ਮਿਲਿਆ ਇਹਨਾਂ ਨੂੰ। ਅੱਛਾ, ਕੀ ਕੁਛ ਹਾਲ ਤੱਕ ਆਪਣੇ ਪੱਖ ਰੱਖਿਆ? ਅਜੇ ਤੱਕ ਤਾਂ ਜਿਹੜੇ ਖਾਨਾ ਤਲਾਸ਼ੀ ਹੋਈ ਸੀ, ਜਿਹੜੇ ਘਰੇ ਪੈਸੇ ਪਏ ਸੀ ਉਹ ਚੱਕ ਲੈਂਦੇ ਇਹਨਾਂ ਨੇ। ਕਿੰਨੇ ਪੈਸੇ ਬਰਾਮਦ ਹੋਏ? 1,30,000 ਰੁਪਏ। ਉਹ ਜੋ ਜੁਆਇੰਟ ਫੈਮਿਲੀ ਸੀਗੀ। ਅੱਛਾ ਜੀ। ਉਹ ਸਾਰੇ ਰਲ ਕੇ ਪੈਸੇ ਆਪਣੇ 5 ਫੈਮਿਲੀਜ਼ ਰਹਿੰਦੀਆਂ ਇਹਨਾਂ ਦੀਆਂ, ਉਹ ਸਾਰੇ ਐਮਰਜੈਂਸੀ ਫੰਡ ਰੱਖਿਆ ਸੀ, ਉਹ ਸਾਰੇ ਪੈਸੇ ਇਹਨਾਂ ਘਰੋਂ ਚੱਕ ਲੈਂਦੇ ਇਹਨਾਂ ਨੇ। ਹੋਰ ਕੁਝ ਬਰਾਮਦ ਹੋਇਆ? ਹੋਰ ਕੁਝ ਬਰਾਮਦ ਨਹੀਂ ਹੋਇਆ। ਐਮਐਲਏ ਦੇ ਕਿੰਨਾ ਕੋਲ ਦੱਸਿਆ ਗਿਆ ਫੈਮਿਲੀ? ਉਹਨਾਂ ਖਿਲਾਫ ਕੋਈ ਐਵਿਡੈਂਸ ਨਹੀਂ ਹੈਗੀ ਜੀ। ਉਹਨਾਂ ਖਿਲਾਫ ਕੋਈ ਐਵਿਡੈਂਸ ਨਹੀਂ ਹੈਗੀ ਜੀ। ਉਹ ਸਾਰਾ ਫੈਬਰੀਕੇਟਡ ਹੈ ਜੀ। इस केस विच विजिलेंस दे डीएसपी सरदार कुलवंत सिंह जी भी इत्थे मौजूद सी। उन्हां नाल भी गलबात की, उन्होंने दस्या कि किन्ने पैसे की रिकवरी हुण तक हो चुकी है, किन्नी बाकी है, किस किस तों एडवांस ले सी, इस बारे भी जांच चल रही है। जदों उन्हां तों सवाल पुछा कि इस केस दे विच की एमएलए अमित रतन कोट फतह की कोई भूमिका हाल तक सामने आई है, तो उन्होंने साफ तौर पर कोई जवाब नहीं दिता। उन्होंने कहा कि ये हजे असी डिस्कलोज़ नहीं कर सकते कि एमएलए अमित रतन की भूमिका इस केस दे विच है या नहीं है। जांच तो बाद जो भी सामने आऊगा वह शेयर किया जाऊगा, पर फिलहाल असी डिस्कलोज़ इस बारे कुछ नहीं कर सकते। तेई तरीक तक सू होर रिमांड लिया, रिकवरी होर करवानी है, जो पैसे रह गए 1,69,000 रुपये। ਸਰ ਕੀ ਕੁਛ ਬਰਾਮਦ ਹੋਇਆ ਹੁਣ ਤੱਕ? 1,31,000 ਰੁਪਏ ਰਿਕਵਰ ਹੋ ਚੁੱਕੇ ਨੇ ਇਹਦੇ ਕੋਲੋਂ। ਠੀਕ ਹੈ ਜੀ। ਬਾਕੀ ਜਿਹੜੀ ਰਿਕਵਰੀ ਇਹਦੇ 'ਚ ਪੈਸੇ ਦੀ ਉਹ ਰਹਿੰਦੀ ਹੈ। ਕਿਹੜੇ ਕਿਹੜੇ ਪੈਸੇ ਰਹੇ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਧਿਆਨ 'ਚ ਆਏ? ਜਿਹੜੇ ਇੱਕ ਤਾਂ ਨੰਬਰਦਾਰ ਤੋਂ ਜਿਹੜਾ 2,50,000 ਰੁਪਏ ਦਿੰਦੇ ਸੀਗੇ। ਠੀਕ ਹੈ ਜੀ। ਪਲੱਸ 50,000 ਪਹਿਲੇ ਸੀਗਾ ਜਿਹੜਾ ਇਹਨੇ ਐਡਵਾਂਸ ਲਿਆ ਸੀ ਇਹਨਾਂ ਤੋਂ। ਠੀਕ ਹੈ। 4 ਲੱਖ ਦੀ ਰਿਕਵਰੀ ਆਲਰੇਡੀ ਹੋ ਚੁੱਕੀ ਹੈਗੀ। ਠੀਕ ਹੈ ਜੀ। ਠੀਕ ਹੈ। 1,31,000 ਸਾਨੂੰ ਮਿਲ ਗਿਆ। ਠੀਕ ਹੈ। ਬਾਕੀ 1,00,000 ਜਿਹੜਾ 69,000 ਰੁਪਏ ਹੈਗਾ ਉਹਨੇ ਆਪਦੇ ਦਕਾ ਛਪਾ ਕੇ ਰੱਖਿਆ, ਉਹਦੇ ਸਟੇਟਮੈਂਟ ਸਾਨੂੰ ਰਿਕਾਰਡ ਕਰਵਾਈ ਹੈ, ਜਿਹਦੇ 'ਚ ਅਸੀਂ ਇਹਦੀ ਰਿਕਵਰੀ ਕਰਨੀ ਹੈ। ਅੱਛਾ, ਕਿਸੇ ਦੀ ਹੋਰ ਭੂਮਿਕਾ ਹੁਣ ਤੱਕ ਕੋਈ ਸਾਹਮਣੇ ਆਈ? ਅਸੀਂ ਇਹਨਾਂ ਦੇ ਕਾਲ ਡਿਟੇਲ ਵਗੈਰਾ ਸਾਰੀਆਂ ਖੰਗਾਲ ਰਹੇ ਹਾਂ, ਜਿਵੇਂ ਵੀ ਹੋਊਗਾ ਅੰਡਰ ਇਨਵੈਸਟੀਗੇਸ਼ਨ ਮੈਟਰ ਹੈ ਅਤੇ ਤੁਹਾਨੂੰ ਸਾਰੇ ਉਹ ਸਾਰੀਆਂ ਆਡੀਓਜ਼ ਅਸੀਂ ਵਿੱਚ ਲਗਾ ਦੀਆਂ, ਪਰ ਹਾਲੇ ਤੱਕ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ। ਸਰ ਸਰਚਿੰਗ ਕੀ ਕੁਛ ਕੀਤਾ ਗਿਆ ਹੈਗਾ ਜਿਹੜਾ ਰਿਸ਼ਵ ਦਾ, ਜੇ ਤੁਸੀਂ ਗੱਲ ਕਰੋ ਘਰ ਜਾ ਕੇ ਆਓ ਜਾਂ ਕਾਰੋਬਾਰ? ਸਰ ਸਾਡੀ ਆਲਰੇਡੀ ਇੱਕ ਟੀਮ ਗਈ ਸੀ ਪਹਿਲੇ, ਉਹਨਾਂ ਨੇ ਸਰਚ ਕਰਦੀ ਸੀ ਜੋ ਰਿਕਵਰੀ ਹੋਈ ਸੀਗੀ ਉਹ ਅਸੀਂ ਇਨੀਸ਼ੀਏਟ ਕੀਤੀ ਹੈ। ਰਿਮਾਂਡ ਸਰ ਕਿੰਨੇ ਦਿਨ ਦਾ? ਇਹ 23 ਤਰੀਕ ਤੱਕ 3 ਦਿਨ ਦਾ ਮਿਲ ਗਿਆ ਜੀ। ਪੁਲਿਸ ਰਿਮਾਂਡ ਹੈ ਕਿ ਪੁਲਿਸ ਰਿਮਾਂਡ? ਠੀਕ ਹੈ ਸਰ। ਸਰ ਐਮਐਲਏ ਦੀ ਕੋਈ ਭੂਮਿਕਾ ਆ ਰਹੀ ਹੈ ਸਾਹਮਣੇ? ਹਾਲੇ ਡਿਸਕਲੋਜ਼ ਨਹੀਂ ਕਰ ਸਕਦੇ ਅਸੀਂ, ਜੋ ਹੈਗੀ ਆ ਇਸ ਮੈਂ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜਾਂਚ ਦਾ ਵਿਸ਼ਾ ਜਦੋਂ ਵੀ ਹੋ ਜੂਗੇ ਕੰਪਲੀਟ ਅਸੀਂ ਤੁਹਾਨੂੰ ਸਰ। ਐਮਐਲਏ ਕੋਈ ਵਿਧਾਨ ਸਭਾ ਨੂੰ ਵੀ ਲਿਖਿਆ ਐਮਐਲਏ ਲਈ? ਨਹੀਂ ਹਾਲੇ ਕੁਛ ਨਹੀਂ ਲਿਖਿਆ ਹੈਗਾ। ਥੈਂਕ ਯੂ ਸਰ।